बोलिए सत सत अकाल जो बोले सो निहाल। जो बोले सो निहाल। जो बोले सो सत श्री अकाल। जे लीडर जयकारा ही भुल गए ता देश किवें बचेगा। दस दिए कि यह बयान आ जिहड़ा एस जी पी सी दे वल्लों दिता गया क्योंकि एक वीडियो वायरल हुई जिस दे विच राजस्थान दे मुख्यमंत्री भजन लाल शर्मा दे वल्लों बोले सो निहाल दा जयकारा नहीं लग्या। हालांकि उन्हां दे नाल खड़े एक सरदार जी वल्लों वार वार दस्या गया पर सही जयकारा राजस्थान दे मुख्यमंत्री दे वल्लों नहीं लगाया गया जिस नूं लै के एस जी पी सी दे वल्लों इतराज़ ਜ਼ਾਹਰ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਜੇਕਰ ਲੀਡਰ ਨੇ ਜਿਹੜੇ ਜੈਕਾਰਾ ਹੀ ਭੁੱਲ ਜਾਣਗੇ ਤਾਂ ਦੇਸ਼ ਕਿਵੇਂ ਬਚੇਗਾ। ਦਰਅਸਲ ਇੱਕ ਪ੍ਰੋਗਰਾਮ ਸੀ, ਇੱਕ ਪ੍ਰੋਗਰਾਮ ਦੇ ਵਿੱਚ ਆਪਣਾ ਭਾਸ਼ਣ ਦੇਣ ਦੇ ਲਈ ਜਿਉਂ ਹੀ ਭਜਨ ਲਾਲ ਸ਼ਰਮਾ ਖੜ੍ਹੇ ਹੋਏ ਤਾਂ ਉਹਨਾਂ ਨੇ ਜੈਕਾਰਾ ਬੋਲਣ ਦੀ ਕੋਸ਼ਿਸ਼ ਕੀਤੀ। ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਉਹਨਾਂ ਤੋਂ ਨਹੀਂ ਬੋਲਿਆ ਗਿਆ ਤਾਂ ਆਲੇ ਦੁਆਲੇ ਖੜ੍ਹੇ ਲੋਕਾਂ ਦੇ ਵੱਲੋਂ ਹਾਲਾਂਕਿ ਸਤਿ ਸ਼੍ਰੀ ਅਕਾਲ ਕਿਹਾ ਗਿਆ ਪਰ ਪੂਰਨ ਤੌਰ 'ਤੇ ਇਹਨਾਂ ਨੇ ਜੈਕਾਰਾ ਸਹੀ ਨਹੀਂ ਲਗਾਇਆ ਤਾਂ ਬਾਅਦ ਵਿੱਚ ਦੱਸਣ ਤੋਂ ਬਾਅਦ ਉਹਨਾਂ ਨੇ ਸਹੀ ਜੈਕਾਰਾ ਲਗਾ ਦਿੱਤਾ ਤਾਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਐਸ ਜੀ ਪੀ ਸੀ ਦੇ ਵੱਲੋਂ ਇਤਰਾਜ਼ ਜ਼ਾਹਰ ਕੀਤਾ ਗਿਆ ਕਿ ਜਿਨ੍ਹਾਂ ਲੋਕਾਂ ਨੇ ਕੁਰਬਾਨੀਆਂ ਲੈ ਕੇ ਦਿੱਤੀਆਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ ਆਜ਼ਾਦੀ ਦਾ ਨਿੱਘ ਤੁਸੀਂ ਮੰਨ ਰਹੇ ਹੋ ਤਾਂ ਜੈਕਾਰਾ ਜਿਹੜਾ ਭੁੱਲ ਜਾਓਗੇ ਤਾਂ ਦੇਸ਼ ਕਿਵੇਂ ਬਚੇਗਾ। ਇਹ ਜਿਹੜਾ ਦੇਸ਼ ਆ ਇਹ ਬਹੁਤ ਧਰਮੀ ਦੇਸ਼ ਆ। ਇਸ ਦੇਸ਼ ਦੇ ਅੰਦਰ ਵੱਖ ਵੱਖ ਧਰਮਾਂ ਦੇ ਜਿਹੜੇ ਦਿਨ ਹੈ ਉਹ ਬੜੇ ਧੂਮਧਾਮ ਨਾਲ ਮਨਾਏ ਜਾਂਦੇ ਆ ਅਤੇ ਜਿਹੜੇ ਆਗੂ ਲੋਕ ਆ ਉਹਨਾਂ ਸਮਾਗਮਾਂ ਵਿੱਚ ਸ਼ਾਮਿਲ ਹੁੰਦੇ ਆ। ਅੱਜ ਹੁਣੇ ਹੁਣੇ ਤਾਜ਼ੀ ਖਬਰ ਜੋ ਦੇਖਣ ਵਿੱਚ ਆਈ ਹੈ ਕਿ ਰਾਜਸਥਾਨ ਦੇ ਨਵੇਂ ਚੁਣੇ ਮੁੱਖ ਮੰਤਰੀ ਭਜਨ ਲਾਲ ਜੀ ਸ਼ਰਮਾ ਇੱਕ ਸਿੱਖਾਂ ਦੇ ਸਮਾਗਮ ਵਿੱਚ ਸ਼ਾਮਿਲ ਹੋਏ ਨੇ ਅਤੇ ਉੱਥੇ ਜੈਕਾਰਾ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਵਾਹਵਾ ਔਖੜ ਗਏ ਨੇ ਅਤੇ ਸਹਾਇਕਾਂ ਨੇ ਕਈ ਵਾਰ ਉਹਨਾਂ ਦੇ ਕੰਨ ਵਿੱਚ ਦੱਸਣ 'ਤੇ ਜੈਕਾਰੇ ਦਾ ਸਹੀ ਉਚਾਰਨ ਜਿਹੜਾ ਕੀਤਾ ਅਤੇ ਇਹ ਗੱਲ ਮੈਨੂੰ ਭਾਵੇਂ ਕੋ ਮਜ਼ਾਕ ਕਿਸੇ ਲਈ ਮਜ਼ਾਕੀਆ ਹੋਵੇ ਪਰ ਮੇਰੇ ਲਈ ਇੱਕ ਡੂੰਘਾ ਅਰਥ ਰੱਖਦੀ ਹੈ ਕਿ ਇਸ ਦੇਸ਼ ਦੇ ਆਗੂ ਲੋਕ ਜੇ ਜੈਕਾਰੇ ਨੂੰ ਹੀ ਭੁੱਲ ਜਾਣਗੇ ਤਾਂ ਫਿਰ ਦੇਸ਼ ਬਚੇਗਾ ਕਿੱਦਾਂ। ਸੋ ਮੈਂ ਇਹ ਗੱਲ ਕਰਨੀ ਚਾਹੁੰਦਾ ਸ਼ਰਮਾ ਜੀ ਨੂੰ ਕਿ ਸ਼ਰਮਾ ਜੀ ਤੁਸੀਂ ਵੱਡੇ ਲੀਡਰ ਬਣ ਗਏ ਹੋ, ਇੱਕ ਸੂਬੇ ਦੇ ਮੁੱਖ ਮੰਤਰੀ ਹੋ ਅਤੇ ਤੁਹਾਨੂੰ ਜੇ ਇਹ ਜੈਕਾਰੇ ਦਾ ਧਿਆਨ ਨਹੀਂ ਗਾ ਜਾਂ ਜੈਕਾਰਾ ਹੀ ਯਾਦ ਨਹੀਂ ਗਾ ਕਿਉਂਕਿ ਜਿਸ ਦੇਸ਼ ਦੇ ਅੰਦਰ ਤੁਸੀਂ ਇੱਕ ਆਜ਼ਾਦੀ ਦਾ ਨਿੱਘ ਮਾਣ ਰਹੇ ਹੋ ਅਤੇ ਅੱਜ ਮੁੱਖ ਮੰਤਰੀ ਦਾ ਪਦ ਜਿਹੜਾ ਉਹਦਾ ਤੁਸੀਂ ਆਨੰਦ ਲੈ ਰਹੇ ਹੋ ਤਾਂ ਉਹਦੀ ਆਜ਼ਾਦੀ ਜਿਹੜੀ ਆ ਉਹ ਇਸ ਜੈਕਾਰੇ ਨੇ ਲੈ ਕੇ ਆਉਂਦੀ ਆ। ਥੋੜ੍ਹੀ ਜਿਹੀ ਪਿੱਛੇ ਜਾਵਾਂ ਕਿ ਜਦੋਂ ਤੁਹਾਡੇ ਵੱਡੇ ਵਡੇਰੇ ਜਿਹੜੇ ਜੰਮੂ ਕਸ਼ਮੀਰ ਕਸ਼ਮੀਰ ਤੋਂ ਚੱਲ ਕੇ ਆਏ ਸੀ ਪੰਡਿਤ ਭਰਾ, ਉਹਨਾਂ ਨੇ ਜਦੋਂ ਨੌਵੇਂ ਪਾਤਸ਼ਾਹ ਕੋਲ ਫਰਿਆਦ ਕੀਤੀ ਸੀ ਤਾਂ ਉਹ ਜੈਕਾਰੇ ਵਾਲਿਆਂ ਨੇ ਹੀ ਇਸ ਜਨੂਨ ਨੂੰ ਬਚਾਇਆ ਸੀ। ਭਾਵੇਂ ਮੇਰੀ ਇਹ ਗੱਲ ਜਿਹੜੀ ਆ ਕਿਸੇ ਵੀ ਤਰ੍ਹਾਂ ਕਿਸੇ ਕਹਿੰਦੇ ਹੁੰਦੇ ਆ ਵਾਦ ਵਿਵਾਦ ਦੇ ਵਿੱਚ ਜਾਂ ਕੋਈ ਫਿਰਕੂ ਰੰਗਤ ਨਾ ਸਮਝੀ ਜਾਵੇ। ਸੋ ਇਹ ਦੇਸ਼ ਦੀ ਆਜ਼ਾਦੀ ਦੀ ਆਪਾਂ ਗੱਲ ਕਰ ਲਈਏ, ਇਸ ਦੇਸ਼ ਦੀ ਆਜ਼ਾਦੀ ਦੇ ਲਈ ਮੁੱਢ ਜਿਹੜਾ ਵਾ ਉਹ ਨਹਿਰੂ ਦੇ ਵਾਰਸ ਵੀ ਅੱਜ ਜੇ ਇਸ ਗੱਲ ਨੂੰ ਜਾਣਦੇ ਆ ਪਰ ਇਤਿਹਾਸ ਦੇ ਪੰਨੇ ਇਹ ਬੋਲਦੇ ਆ ਕਿ ਜਿਹੜਾ ਗਾਂਧੀ ਅਤੇ ਨਹਿਰੂ ਅਤੇ ਮਾਲਵੀਆ ਇਹ ਸਾਰਿਆਂ ਨੇ ਇਹ ਗੱਲ ਕਹੀ ਸੀ ਕਿ ਜਦੋਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸੁਧਾਰ ਲਹਿਰ ਦੀ ਪਹਿਲੀ ਲੜਾਈ 1922 ਵਿੱਚ ਜਿੱਤੀ ਸੀ ਤਾਂ ਉਹਨਾਂ ਨੇ ਇਹੀ ਜੈਕਾਰੇ ਬੁਲਾ ਕੇ ਕਿਹਾ ਸੀਗਾ ਕਿ ਇਸ ਦੇਸ਼ ਦੀ ਆਜ਼ਾਦੀ ਦੀ ਪਹਿਲੀ ਜੰਗ ਜਿੱਤੀ ਗਈ ਆ। ਆਜ਼ਾਦੀ ਤੋਂ ਪਹਿਲਾਂ ਸਿੱਖਾਂ ਨੇ ਵੱਡਾ ਰੋਲ ਅਦਾ ਕੀਤਾ, ਚਾਹੇ ਬਾਬਰ ਅਕਾਲੀ ਹੋ ਗਏ, ਚਾਹੇ ਹੋਰ ਵੀ ਜਿੰਨੇ ਸਾਡੇ ਜਿਹੜੇ ਯੋਧੇ ਸੂਰਬੀਰ ਜਿਨ੍ਹਾਂ ਨੇ ਫਾਂਸੀਆਂ ਤਖਤਿਆਂ 'ਤੇ ਚੜ੍ਹੇ, ਉਹਨਾਂ ਨੇ ਵੀ ਇਹੀ ਜੈਕਾਰੇ ਲਾਏ ਸੀ ਅਤੇ ਇਹਨਾਂ ਜੈਕਾਰਿਆਂ ਕਰਕੇ ਅੰਗਰੇਜ਼ ਇੱਥੋਂ ਡਰਦਾ ਭੱਜਿਆ ਸੀ। ਇਹ ਉਹੀ ਜੈਕਾਰੇ ਨੇ ਜਿਹੜੇ ਕਿ ਨਾ ਕਾਲੇ ਪਾਣੀਆਂ ਦੇ ਵਿੱਚ ਜਿਹੜੇ ਉਹਨਾਂ ਸੂਰਬੀਰ ਯੋਧਿਆਂ ਨੇ ਆਪਣਾ ਜਿਹੜਾ ਕਹਿੰਦਾ ਮਨੋਬਲ ਐਡਾ ਉੱਚਾ ਰੱਖਿਆ ਕਿ ਸਲਾਖਾਂ ਦੇ ਪਿੱਛੇ ਸਿਰਫ ਤੇੜ ਕਛਹਿਰੇ ਨਾਲ ਹੀ ਉਹਨਾਂ ਨੇ ਸਾਰੀ ਉਮਰ ਜਿਹੜੀ ਆ ਇਹ ਜੇਲ੍ਹ ਦੇ ਵਿੱਚ ਕੱਟ ਕੇ ਅਤੇ ਦੇਸ਼ ਨੂੰ ਆਜ਼ਾਦੀ ਦਿਵਾਉਣ ਦਾ ਕੰਮ ਕੀਤਾ ਸੀ। ਗੱਲ ਲੰਬੀ ਹੋ ਜਾਏਗੀ। ਸੋ ਦੇਸ਼ ਜਦੋਂ ਆਜ਼ਾਦ ਹੁੰਦਾ ਤਾਂ ਇਸ ਦੇਸ਼ ਦੀ ਆਜ਼ਾਦੀ ਦੀ ਸਰਹੱਦ ਜਿਹੜੀ ਆ, ਦੇਸ਼ ਦੀ ਸਰਹੱਦ 'ਤੇ ਆਜ਼ਾਦ ਰੱਖਣ ਵਾਲੇ ਇਹਨਾਂ ਜੈਕਾਰਿਆਂ ਨੇ ਹੀ ਦੁਸ਼ਮਣਾਂ ਦੀਆਂ ਭਾਜਾਂ ਪਾਈਆਂ। ਅਤੇ ਮੈਂ ਦੇਖਦਾ, ਮੈਨੂੰ ਚੰਗਾ ਲੱਗਦਾ ਸੀ ਜਦੋਂ ਕਿ ਦੇਸ਼ ਦਾ ਕਹਿੰਦੇ ਹੁੰਦਾ ਰੱਖਿਆ ਮੰਤਰੀ ਬਾਰਡਰ 'ਤੇ ਜਾ ਕੇ ਸਿੱਖਾਂ ਨੂੰ ਜੈਕਾਰੇ ਲਾਉਣ ਦਾ ਜ਼ਿਕਰ ਕਰਦਾ ਅਤੇ ਉੱਥੇ ਜੈਕਾਰੇ ਵੀ ਲਾਏ ਜਾਂਦੇ ਆ। ਅਤੇ ਬਾਹਲੀ ਦੂਰ ਦੀ ਗੱਲ ਨਾ ਕਰੋ ਕਿ ਆ ਜਿਹੜਾ ਚੀਨ ਦੇ ਬਾਰਡਰ 'ਤੇ ਜੇ ਹੱਥੋਂ ਹੱਥ ਲੜਾਈ ਦੇ ਵਿੱਚ ਜੇ ਕੋਈ ਗੱਲ ਸਾਹਮਣੇ ਆਉਂਦੀ ਆ ਤਾਂ ਉਹ ਚੀਨੀਆਂ ਨੂੰ ਭਜਾਉਣ ਦੀ ਗੱਲ ਕਰਦੇ ਆ, ਤਾਂ ਉਹ ਜੈਕਾਰੇ ਹੀ ਉਹਨਾਂ ਨੂੰ ਭਜਾਉਂਦੇ ਆ। ਸੋ ਮੈਂ ਤੁਹਾਨੂੰ ਆ ਪਿਛਲੇ ਦਿਨਾਂ 'ਚ ਅਸੀਂ ਯਾਦ ਮਨਾ ਕੇ ਹਟੇ ਹਾਂ ਉਹਨਾਂ 7 ਸਾਲ ਅਤੇ 9 ਸਾਲ ਦੇ ਬਾਬਿਆਂ ਦੀ ਜਿਨ੍ਹਾਂ ਦੇ ਜੈਕਾਰਿਆਂ ਦੀ ਗੂੰਜ ਨੇ ਇਸ 750 ਸਾਲ ਦੀ ਗੁਲਾਮੀ ਜਿਹੜੀ ਮੁਗਲਾਂ ਦੀ ਸੀ ਉਹਦੇ ਮਨ ਦੇ ਅੰਦਰ ਇੱਕ ਭੈ ਪੈਦਾ ਕੀਤਾ ਸੀ। ਉਹਨਾਂ ਦੇ ਅੰਦਰ ਕਿਹੜੀ ਵੱਡੀ ਦ੍ਰਿੜਤਾ ਸੀ। ਅਤੇ ਉਦੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਚੱਪੜਚਿੜੀ ਦੇ ਮੈਦਾਨ ਵਿੱਚ ਇਹੀ ਜੈਕਾਰੇ ਛੱਡ ਕੇ ਦੇਸ਼ ਨੂੰ ਇੱਕ ਪਹਿਲਾ ਸਿੱਖ ਰਾਜ ਦਿੱਤਾ ਸੀ। ਸੋ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਕਿ ਅੱਜ ਦੇਸ਼ ਦੇ ਬੈਠੇ ਨੇਤਾ ਲੋਕ ਜੇ ਇਹਨਾਂ ਜੈਕਾਰਿਆਂ ਨੂੰ ਭੁੱਲ ਜਾਣਗੇ ਤਾਂ ਮੈਨੂੰ ਬੜਾ ਆਪਣੇ ਆਪ ਦੇ ਵਿੱਚ ਇੱਕ ਫਿਕਰਮੰਦੀ ਜਾਪ ਰਹੀ ਹੈ। ਸ਼ਰਮਾ ਜੀ, ਅਗਰ ਜੈਕਾਰੇ ਕੋ ਭੁੱਲ ਜਾਓਗੇ ਤਾਂ ਦੇਸ਼ ਕੋ ਕੈਸੇ ਬਚਾਓਗੇ।